ਤੁਹਾਡੀ ਵੱਡੀ ਜਿੱਤ ਲਈ ਇਸ ਮੇਰੇ ਸਾਹਮਣੇ ਬੈਠੀ ਸੰਗਤ ਕਮੇਰੇ ਨਗਰ ਦੀ ਸੰਗਤ ਜਿਹੜੀ ਕਿ ਹਮੇਸ਼ਾ ਤੁਹਾਡੇ ਸਿਰ ਤੇ ਬਹੁਤ ਬੇਰ ਭਰਿਆ ਹੱਥ ਰੱਖਦੀ ਹੈ, ਇਸ ਵਾਰ ਉਸ ਤੋਂ ਵੀ ਜ਼ਿਆਦਾ ਹੱਥ ਰੱਖੇਗੀ, ਕਿਉਂਕਿ ਇਸ ਵਾਰ ਅਣਖ ਤੇ ਗੈਰਤ ਦਾ ਮਸਲਾ ਹੈ। ਜਿਹੜੇ ਸਾਡੇ ਵੀਰ ਸਾਡੇ ਤੋਂ ਕਿਸੇ ਤਰ੍ਹਾਂ ਨਾਰਾਜ਼ ਹੋ ਕੇ ਆਸੇ ਪਾਸੇ ਨੇ, ਤੇ ਉਹਨਾਂ ਦੀਆਂ ਵੀ ਜਾ ਕੇ ਰਜੋਈਆਂ ਕਰਨਗੇ, ਅਸੀਂ ਉਹਨਾਂ ਦੀ ਮਿਹਨਤ ਕਰਾਂਗੇ, ਅਸੀਂ ਉਹਨਾਂ ਨੂੰ ਸਮਝਾਵਾਂਗੇ ਕਿ ਭਰਾਵੋ ਇਹ ਆਮ ਚੋਣ ਨਹੀਂ, ਇਹ ਆਪਣੇ ਇਲਾਕੇ ਦੀ ਅਣਖ ਤੇ ਗੈਰਤ ਦੀ ਚੋਣ ਹੈ, ਕਿਉਂਕਿ ਜੇ ਉਹਨਾਂ ਨੂੰ ਆਪਣੀ ਅਣਖ ਤੇ ਗੈਰਤ ਤੇ ਪੂਰਾ ਭਰੋਸਾ ਹੋਵੇ ਤਾਂ ਫਿਰ ਇਹ ਜਾ ਕੇ ਪੰਜਾਬ ਵਿੱਚ ਜਾ ਕੇ ਪ੍ਰਚਾਰ ਕਰਨਗੇ। ਔਰ ਆਪਾਂ ਇੱਥੇ ਇਕੱਲਾ ਇਕੱਲਾ ਸੱਜਣ ਇਹਨਾਂ ਦੀ ਚੋਣ ਮੁਹਿੰਮ ਨੂੰ ਆਪਣੀ ਚੋਣ ਮੁਹਿੰਮ ਸਮਝ ਕੇ ਉਹਨੂੰ ਚਲਾਵਾਂਗੇ। ਸੋ ਮੈਂ ਤੁਹਾਨੂੰ ਪੁੱਛ ਰਿਹਾ ਚੋਣ ਨਿਸ਼ਾਨ, ਤੁਸੀਂ ਦੋਨੇ ਦੋਨੇ ਹੱਥ ਖੜੇ ਕਰਕੇ ਕਹਿਣਾ ਤੱਕੜੀ। ਚੋਣ ਨਿਸ਼ਾਨ ਤੱਕੜੀ, ਚੋਣ ਨਿਸ਼ਾਨ ਤੱਕੜੀ, ਬੋਲੇ ਸੋ ਨਿਹਾਲ। ਬਾਦਲ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਮੇਰੇ ਛੋਟੇ ਵੀਰ ਲਾਲੀ ਬਾਦਲ ਜੀ, ਮੇਜਰ ਭੁਪਿੰਦਰ ਸਿੰਘ ਢਿੱਲੋਂ ਜੀ, ਐਡਵੋਕੇਟ ਸਾਹਿਬ ਸ੍ਰੀ ਅਵਤਾਰ ਸਿੰਘ ਜੀ ਅਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਰਕਰ ਸਾਹਿਬਾਨ ਅਤੇ ਮੇਰੇ ਸਾਹਮਣੇ ਬਿਰਾਜਮਾਨ ਇਸ ਨਗਰ ਦੇ ਬਹੁਤ ਹੀ ਅਕਾਲੀ ਦਲ ਦੇ ਮਦਦਗਾਰ ਸੰਗਤ ਸਾਰੀ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਖੁਸ਼ੀ ਹੈ ਕਿ ਤੁਹਾਡੇ ਸਾਰੀ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਮੈਨੂੰ ਸਭ ਤੋਂ ਵੱਡੀ ਇਸ ਗੱਲ ਦੀ ਖੁਸ਼ੀ ਹੈ ਕਿ ਬਹੁਤ ਵੱਡੀ ਤਾਦਾਦ ਵਿੱਚ ਭੈਣਾਂ ਬੇਟੀਆਂ ਉਹ ਵੀ ਇਸ ਇਕੱਠ ਵਿੱਚ ਸ਼ਾਮਿਲ ਹੋਈਆਂ। ਔਰ ਮੇਰਾ ਤਜਰਬਾ, ਜਦੋਂ ਕਿਸੇ ਕੰਮ ਲਈ ਬੀਬੀਆਂ ਤਤਪਰ ਹੋ ਜਾਣ ਤਾਂ ਫਿਰ ਉਹ ਕੰਮ ਹਮੇਸ਼ਾ ਹੀ ਸਿਰੇ ਚੜ੍ਹਦਾ। ਤੁਹਾਡੇ ਕੋਲ ਬਹੁਤ ਵਾਰੀ ਜ਼ਿੰਦਗੀ 'ਚ, ਮੇਰੀ ਸਿਆਸੀ ਜ਼ਿੰਦਗੀ ਨੂੰ ਤਕਰੀਬਨ 70 ਸਾਲ ਹੋ ਗਏ, ਉਮਰ ਤਾਂ ਮੇਰੀ 90 ਸਾਲ ਹੈ, ਪਰ 20 ਸਾਲਾਂ ਦੀ ਉਮਰ ਵਿੱਚ ਮੈਂ ਪੜ੍ਹਾਈ ਪੜੂਈ ਕਰਕੇ ਅਤੇ ਕੰਮ ਸ਼ੁਰੂ ਕੀਤਾ ਸੀਗਾ। ਔਰ ਉਦੋਂ ਦਾ ਹੀ ਤੁਹਾਡੇ ਕੋਲ ਆਉਂਦੇ ਹਾਂ, ਮੈਂ ਤੁਹਾਡਾ ਧੰਨਵਾਦੀ ਹਾਂ ਵੀ ਕਿਸੇ ਕਾਜ ਵਾਸਤੇ, ਕਿਸੇ ਕੰਮ ਵਾਸਤੇ, ਭਾਵੇਂ ਕੋਈ ਸੰਘਰਸ਼ ਕਰਨੇ ਸਨ, ਭਾਵੇਂ ਕੋਈ ਹੋਰ ਕੰਮ ਸੀ, ਤੁਹਾਡੇ ਕੋਲ ਆਉਂਦੇ ਸਨ, ਤੁਸੀਂ ਹਮੇਸ਼ਾ ਸਾਥ ਦਿੰਦੇ ਰਹੇ। ਹੁਣ ਵੀ ਮੈਂ ਸੰਗਤ ਦਰਸ਼ਨ ਕਰਦਾ ਹੁੰਦਾ ਸਾਂ, ਔਰ ਮੈਂ ਜਦੋਂ ਅਖੀਰਲਾ ਸੰਗਤ ਦਰਸ਼ਨ ਹੋਇਆ ਉਦੋਂ ਮੈਂ ਸਾਰੇ ਪਿੰਡਾਂ 'ਚ ਆਪਣੇ ਜਿਹੜੇ ਹਲਕੇ ਦੇ ਹਨ ਉਹਨਾਂ ਨੂੰ ਆਖੋ ਵੀ ਵੀਰੋ ਫੇਰ ਨਾਲ ਮਤਲਬ ਕੋਈ ਕੰਮ ਜੇ ਤੁਹਾਡਾ ਰਹਿ ਗਿਆ ਤਾਂ ਉਹ ਦੱਸੋ। ਮੇਰਾ ਖਿਆਲ ਹੈ ਕਿ ਕੋਈ ਵੀ ਕੰਮ ਰਹਿ ਨਹੀਂ ਗਿਆ। ਤੁਸੀਂ ਪਿੱਛੇ ਜੇ ਜਦੋਂ ਆਏ ਸਾਂ ਦੋ ਵੱਡੇ ਕੰਮ ਕਹੇ ਸਨ, ਇੱਕ ਤਾਂ ਮੰਡੀ ਵੀ ਇੱਥੇ ਮੰਡੀ ਬਣ ਜਾਏ, ਇੱਕ ਕਿਹਾ ਸੀ ਕਲੋਨੀ ਬਣ ਜਾਏ। ਮੈਂ ਤੁਹਾਡਾ ਧੰਨਵਾਦੀ ਹਾਂ ਕਿ ਮੰਡੀ ਵਾਸਤੇ ਵੀ ਤੁਸੀਂ ਜਗ੍ਹਾ ਦਿੱਤੀ, ਕਲੋਨੀ ਵਾਸਤੇ ਵੀ ਜਗ੍ਹਾ ਦਿੱਤੀ। ਮੇਰੇ ਖਿਆਲ ਮੰਡੀ ਬਣ ਗਈ, ਚਾਲੂ ਹੋ ਗਈ, ਔਰ ਕਲੋਨੀ ਵੀ ਮੇਰੇ ਖਿਆਲ ਬਣ ਰਹੀ ਹੋਣੀ ਹੈ, ਬਣੀ ਜਾਂਦੀ ਹੈ। ਮੇਰਾ ਮਤਲਬ ਹੈ ਕਿ ਇਹ ਚੀਜ਼ਾਂ ਤਾਂ ਬਣਦੀਆਂ ਹਨ ਜੇ ਤੁਹਾਡੀ ਸਰਕਾਰ ਹੋਵੇ। ਅੱਜ ਦੇਖੋ ਬਾਹਰਲੇ ਸੂਬਿਆਂ 'ਚ ਚਲੇ ਜਾਓ, ਉੱਥੇ ਜਿੰਨੀ ਕੀਮਤ ਹੁੰਦੀ ਹੈ ਕਣਕ ਦੀ ਜਾਂ ਝੋਨੇ ਦੀ, ਕਿਉਂਕਿ ਉੱਥੇ ਮੰਡੀ ਸਿਸਟਮ ਨਹੀਂ ਜਿਵੇਂ ਇੱਥੇ ਮੰਡੀਆਂ ਬਣਾਈਆਂ, ਫੋਕਲ ਬਣਾ ਪੁਆਇੰਟ ਬਣਾਏ ਆ, ਪਰਚੇਜ ਸੈਂਟਰ ਬਣਾਏ ਆ, ਉੱਧਰ ਇਹੋ ਜਿਹਾ ਕੁਛ ਨਹੀਂ। ਉਹਦੇ ਨਾਲ ਬਹੁਤ ਸਸਤੀ ਫਸਲ ਜਿਹੜੀ ਹੈ ਉਹ ਵਪਾਰੀ ਲੋਕ ਜਿਹੜੇ ਆ ਲੋਕਾਂ ਤੋਂ ਖਰੀਦ ਲੈਂਦੇ ਆ। ਆਪਣਾ ਸਿਸਟਮ ਇੰਨਾ ਵਧੀਆ ਬਣਿਆ ਕਿ ਜਿੰਨੀ ਕੀਮਤ ਹੈ ਉਹ ਤੋਂ ਵੱਧ ਭਾਵੇਂ ਮਿਲਦੇ ਪਰ ਘੱਟ ਨਹੀਂ ਮਿਲਦੀ। ਦੂਸਰਾ ਤੁਹਾਨੂੰ ਬੇਨਤੀ ਹੈ ਕਿ ਆਹ ਇਲੈਕਸ਼ਨ ਜਿਹੜਾ ਤੁਹਾਨੂੰ ਅੱਗੇ ਵਕੀਲ ਸਾਹਿਬ ਦੱਸ ਹੀ ਰਹੇ ਸਨ, ਇਹ ਮੇਰਾ ਇਲੈਕਸ਼ਨ ਨਹੀਂ ਰਿਹਾ, ਇਹ ਤੁਹਾਡਾ ਇਲੈਕਸ਼ਨ ਹੋ ਗਿਆ। ਲੰਬੀ ਹਲਕਾ ਇੱਕ ਪਾਸੇ ਅਤੇ ਧਾੜਵੀ ਲੋਕ ਜਿਹੜੇ ਦਿੱਲੀ ਤੋਂ ਜਾਂ ਪਟਿਆਲੇ ਤੋਂ ਆਏ ਆ ਉਹ ਇੱਕ ਪਾਸੇ। ਮੈਨੂੰ ਹੈਰਾਨ ਨਹੀਂ ਹੋਈ ਹੈ ਕਿ ਉਹ ਕਿਵੇਂ ਸਮਝ ਗਏ ਕਿ ਲੰਬੀ ਆ ਕੇ ਅਸੀਂ ਜਿੱਤ ਸਕਦੇ ਹਾਂ। ਕਿ ਲੰਬੀ ਦੇ ਲੋਕਾਂ ਨੂੰ ਪਤਾ ਨਹੀਂ ਕਿ ਕਿਹੜੀ ਸਰਕਾਰ ਬਣੇ ਤਾਂ ਸਾਨੂੰ ਫਾਇਦਾ ਸੂਬੇ ਵਿੱਚ, ਜਾਂ ਸਾਡੇ ਹਲਕੇ 'ਚ ਕੌਣ ਨੁਮਾਇੰਦਗੀ ਕਰੇ ਤਾਂ ਸਾਨੂੰ ਫਾਇਦਾ। ਹੁਣ ਅਮਰਿੰਦਰ ਸਿੰਘ ਨੇ, ਮੇਰਾ ਖਿਆਲ ਹੈ ਕਿ ਕਦੇ ਤੁਹਾਡੇ ਪਿੰਡ 'ਚ ਨਹੀਂ ਆਇਆ ਹੋਣਾ, ਕਦੇ ਕੇਸਰੀਵਾਲ ਜਾਂ ਹੁਣ ਜਿਹੜਾ ਬੰਦਾ ਦਿੱਲੀਓਂ ਭੇਜਿਆ, ਇਹਨਾਂ ਨੂੰ ਪਤਾ ਹੀ ਕੋਈ ਨਹੀਂ ਵੀ ਕੌਣ ਕਿਸ ਤਰ੍ਹਾਂ ਦੇ ਬੰਦੇ ਹੈ, ਕੀ ਇਹ ਚਾਹੁੰਦੇ ਆ, ਕੀ ਉੱਥੋਂ ਦੀ ਤਕਲੀਫ ਹੈ। ਮੈਨੂੰ ਤਾਂ ਸਾਰੇ ਪੰਜਾਬ ਦੀ
क्योंकि 70 साल हो गए कम कर दिया नूं एक हलके का शहर दे एक गुआंढ का पता है कि इस हलके च की तकलीफ है आ देखो वड्डी अपनी तकलीफ सी बहुत पिंडा च सेम दी सेम जे निकली है जाए वास्ते वड्डे यतन होए जे अपनी सरकार ना होंदी ਤਾਂ ਸੇਮ ਨੇ ਬਿਲਕੁਲ ਹੀ ਲੋਕਾਂ ਨੂੰ ਖਤਮ ਕਰ ਦੇਣਾ ਸੀ ਔਰ ਆਪਾਂ ਨੂੰ ਆਪਣੀ ਰੋਟੀ ਪਾਣੀ ਵਾਸਤੇ ਵੀ ਸਾਨੂੰ ਮਜਬੂਰ ਹੋਣਾ ਪੈਂਦਾ ਸੀ ਇੰਨੀ ਇਹ ਭੈੜੀ ਜਿਹੜੀ ਹੈ ਇਹ ਬਿਮਾਰੀ ਹੈ ਹੋਰ ਮੇਰੀ ਤੁਹਾਡੇ ਕੋਲ ਬੇਨਤੀ ਹੈ ਕਿ ਮੈਂ ਲੰਮੀਆਂ ਗੱਲਾਂ ਨਹੀਂ ਇਸ ਤਰ੍ਹਾਂ ਹੁੰਦਾ ਜਿਵੇਂ ਤੁਸੀਂ ਜੱਜ ਹੋ ਜੱਜ ਕੋਲ ਜਿਹੜਾ ਮੁਕੱਦਮਾ ਪੇਸ਼ ਹੁੰਦਾ ਜੇ ਵਕੀਲ ਮੈਂ ਇੱਕ ਕਿਸਮ ਦਾ ਆਪਣੀ ਪਾਰਟੀ ਦਾ ਵਕੀਲ ਹਾਂ ਤੁਹਾਡੇ ਕੋਲ ਗੱਲ ਕਰਨ ਵਾਸਤੇ ਆਇਆ ਤੇ ਵਕੀਲ ਉਹੀ ਚੰਗਾ ਹੁੰਦਾ ਜੇ ਜੱਜ ਤੁਹਾਡੇ ਹੱਕ ਚ ਹੋਵੇ ਤਾਂ ਫਿਰ ਤੁਸੀਂ ਬਹੁਤੀਆਂ ਦਲੀਲਾਂ ਨਹੀਂ ਦਿੰਦੇ ਕਈ ਦਲੀਲਾਂ ਚ ਬੰਦਾ ਫਸ ਜਾਂਦਾ ਇਸ ਕਰਕੇ ਤੁਸੀਂ ਤਾਂ ਸਾਰਿਆਂ ਨੇ ਹੱਥ ਖੜੇ ਕਰਕੇ ਪੂਰਾ ਯਕੀਨ ਦੋਇਆ ਔਰ ਇਹ ਨਹੀਂ ਅੱਜ ਆਏ ਤੋਂ ਯਕੀਨ ਹੋਇਆ ਮੈਨੂੰ ਤਾਂ ਘਰੇ ਬੈਠੇ ਨੂੰ ਯਕੀਨ ਹੈ ਕਿ ਤੁਹਾਡੇ ਨਾਲ ਪਰਿਵਾਰਕ ਤਲਕ ਹੈ ਸਾਡੇ ਵੀ ਬਜ਼ੁਰਗਾਂ ਦੇ ਔਰ ਤੁਹਾਡੇ ਬਜ਼ੁਰਗਾਂ ਮੇਰੇ ਵੀ ਤੁਹਾਡੇ ਬਜ਼ੁਰਗਾਂ ਨਾਲ ਤਲਕ ਰਹੇ ਹੈ ਇਸ ਕਰਕੇ ਭਰਾਓ ਮੈਂ ਤੁਹਾਡਾ ਟਾਈਮ ਬਹੁਤਾ ਨਹੀਂ ਲੈਣਾ ਕਿਉਂਕਿ ਤੁਸੀਂ ਸਾਰੇ ਮਦਈ ਹੋ ਮੇਰੇ ਨਾਲੋਂ ਵੀ ਮਦਈ ਹੋ ਮੇਰੇ ਨਾਲੋਂ ਵੀ ਚਾਹੁੰਦੇ ਹੋ ਕਿ ਆਪਣੇ ਹੱਥ ਵਿੱਚ ਹਕੂਮਤ ਆਵੇ ਤਾਂ ਕਿ ਆਪਾਂ ਜਿਹੜੀਆਂ ਹੋਰ ਕਮੀਆਂ ਉਹ ਦੂਰ ਕਰ ਸਕੀਏ ਇਸ ਲਈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਥੋੜ੍ਹੀ ਸਮੇਂ ਲਈ ਬੇਨਤੀ ਕਰਦਾ ਅਤੇ ਜਾਸ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।